ਸਹੀ ਹੈ ਕਿ ਉਹ ਮਹਾਰਾਣੀ ਦਾ ਪ੍ਰੇਮ ਵੇਖਣਾ ਹੈ ਬਸ, ਚਾਹੇ ਤੁਸੀਂ ਧਾਰਨਾ ਵਿੱਚ ਕਰ ਲਓ ਚਾਹੇ ਰਾਗਾਂ ਚ, ਚਲੋ ਰਾਗਾਂ ਚ ਨਹੀਂ ਬੋਲੋ ਨਹੀਂ 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 ਕੀਤਾ। ਇੱਥੇ ਇੱਥੇ ਇੱਕ ਥੋੜਾ ਝੀਣਾ ਪਰਦਾ ਜਰੂਰ ਰੱਖਣਾ ਪਊ, ਝੀਣਾ ਗਾ ਨੂੰ ਬਹੁਤ ਵੱਡਾ ਰੱਖਣਾ ਪਊਗਾ। ਅੱਛਾ ਜੀ ਤੇ ਸਜੇਵੜ ਅਵਰ ਨਾ ਕੋਏ, ਜੀ ਠੀਕ ਹੈ ਜੀ, ਹਨਾ ਇਹ ਨੀ ਕਹਿ ਸਕਦੇ ਵੀ ਉਹ ਵੀ ਸਮਾਨ ਆ ਜਾਂ ਉਹ ਵੀ ਸਮਾਨ ਨਾ, ਤੇ ਸਜੇਵੜ ਅਵਰ ਹੈ ਹੀ ਕੋਈ ਨੀ। ਇੱਕ ਸਦਾ ਅੱਖਰ ਦੇ ਉੱਤੇ ਪੂਰਾ ਪ੍ਰਭਾਵ ਰੱਖੋ। ਦੇਖੋ ਗੁਰੂ ਸਾਹਿਬ ਨੇ ਇੱਕ ਇੱਕ ਇਹ ਨੀ ਕਿਹਾ ਵੀ ਕਦੇ ਕਦੇ ਪੜ੍ਹ ਲਈ, ਹਾਂ ਉਹ ਕਹਿੰਦੇ ਰੋਜ਼ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਵੀ ਜਿਹੜੀ ਸੱਚੀ ਬਾਣੀ ਆ ਗੁਰੂ ਕੀ ਸਦਾ ਗਾਉਣੀ ਆ, ਚਾਹੇ ਖੁਸ਼ੀ ਆ ਚਾਹੇ ਗਮੀ ਆ ਚਾਹੇ ਕੋਈ ਜੀਵਨ ਦਾ ਕੋਈ ਵੀ ਆ, ਉਦੋਂ ਸਦਾ ਕਿਹਾ ਨਾ ਕਿ ਇਹ ਥੋੜਾ ਕਿਹਾ ਵੀ ਕਦੇ ਤੂੰ ਹੋਰ ਪੜ੍ਹ ਲਾ ਕਦੇ ਹੋਰ ਪੜ੍ਹ ਲਾ, ਹਾਂਜੀ ਹਾਂਜੀ ਇਹ ਤਾਂ ਗੱਲ ਹੈ, ਸਦਾ ਸਦਾ ਅੱਖਰ ਆਪਣਾ ਵੈਲਿਊ ਰੱਖਦਾ ਨਾ, ਵੈਲਿਊ ਰੱਖ। ਬਾਬਾ ਜੀ ਫਿਰ ਜਿਵੇਂ ਹੁਣ ਮਤਲਬ ਧਾਰਨਾ ਪੜ੍ਹੀ ਆ ਉਹ, ਹਨਾ ਜਿਵੇਂ ਹੈ ਤਾਂ ਕਲਗੀਧਰ ਪਾਤਸ਼ਾਹ ਦਾ ਨਾਮ ਵੀ ਆਉਂਦਾ ਆ, ਚਲੋ ਉਹਨੂੰ ਗੁਰਬਾਣੀ ਦਾ ਤੋਲਾ ਤਾਂ ਕਹਿ ਵੀ ਨੀ ਸਕਦੀ, ਉਹ ਤਾਂ ਸਭ ਤੋਂ ਵੱਡੀ ਮੂਰਖਤਾ ਹੋ ਗਈ, ਔਰ ਸਮਝ ਵੀ ਆ ਵੀ ਕਹਿਣਾ ਵੀ ਨੀ ਚਾਹੀਦਾ, ਪਰ ਉਹਦਾ ਹੁਣ ਕੀ ਬਾਬੇ ਉਹ ਆਪਣੀਆਂ ਰਚਨਾਵਾਂ ਨੇ। ਅੱਛਾ ਜੀ ਆਪਣੀਆਂ ਰਚਨਾਵਾਂ ਚਾਹੇ ਪਰਮੇਸ਼ਰ ਦੀ ਉਸਤਤ ਹੀ ਕਰ ਲਈਏ, ਹਾਂਜੀ ਉਹ ਤਾਂ ਛੱਜੂ ਸ਼ਾਹ ਸੈਨ ਹੁਣਾਂ ਨੇ ਵੀ ਉਸਤਤ ਕੀਤੀ ਹੈ ਪਰਮੇਸ਼ਰ ਦੀ, ਠੀਕ ਹੈ ਜੀ, ਮਹਾਰਾਣੇ ਤਾਂ ਉਹਨੂੰ ਤੁੱਲ ਨਹੀਂ ਰੱਖਿਆ, ਨਾਲੇ ਬ੍ਰਹਮ ਗਿਆਨੀ ਨੇ ਉਹ, ਠੀਕ ਹੈ ਜੀ। ਪੀਲੂ ਕਾਨਾ ਤੁਹਾਨੂੰ ਕੀ ਲੱਗਦਾ ਆਮ ਬੰਦੇ ਸੀ ਕਿਤੇ, ਗੁਰੂ ਸਾਹਿਬ ਨੂੰ ਜਾਂਦੇ ਜਾਂਦੇ ਕਹਿ ਗਏ ਸੀ ਉਹ, ਆਹੋ ਆਹੋ ਮਹਾਰਾਜ ਨੇ ਕਿਹਾ ਵੀ ਚੱਲ ਭਗਤਾ ਜੇ ਬੋਲ ਕਰਕੇ ਗਿਆ ਪੂਰਾ ਕਰਨਾ, ਪਰ ਉਹਨਾਂ ਦੇ ਬ੍ਰਹਮ ਗਿਆਨ ਨੂੰ ਮਹਾਰਾਜ ਨੇ ਆਪਣੇ ਦਰਬਾਰ ਚ ਪ੍ਰਵਾਨ ਨਹੀਂ ਕੀਤਾ। ਠੀਕ ਹੈ ਜੀ, ਜਿਹੜਾ ਕਿਉਂ ਜਿਹੜਾ ਅਹਮ ਭਾਵ ਚ ਹੋਵੇ, ਅਹਮ ਬ੍ਰਹਮਾਸਮੀ ਨਹੀਂ ਹੁੰਦਾ, ਹਾਂ ਸਮਝ ਗਿਆ, ਮੈਂ ਹੀ ਬ੍ਰਹਮ ਆ, ਮੈਂ ਹੀ ਬ੍ਰਹਮ, ਹਾਂਜੀ ਇਸ ਬ੍ਰਹਮ ਗਿਆਨ ਨੂੰ ਮਹਾਰਾਜ ਨੇ ਪ੍ਰਵਾਨ ਨਹੀਂ ਕੀਤਾ। ਤੇ ਬਾਬਾ ਜੀ ਜੇ ਮਹਾਰਾਜ ਕਹਿੰਦੇ ਸਾਡੇ ਸਿੱਖ ਤਾਂ ਫਿਰ ਇਹੀ ਕਹਿਣ ਲੱਗੇ ਮੈਂ ਹੀ ਰੱਖਦਾ ਮੈਂ ਹੀ ਰੱਬ ਆ, ਉਹਦਾ ਅਭਿਮਾਨ ਚ ਤੁਰੇ ਫਿਰਾਂਗੇ ਜੀ, ਤਾਂ ਦਾਸ ਭਾਵ ਰੱਖਣ, ਹਾਂ ਡਰਮਾਨ ਤਾਂ ਆਉਣੀ ਨਹੀਂ ਹੈਗੀ ਫਿਰ, ਹਾਂ ਇਹ ਤਾਂ ਗੱਲ, ਅਸੀਂ ਤਾਂ ਹਾਂ ਨਿਵ ਨਿਵ ਲਾਗੋਂ ਪਾਏ ਜੀ, ਉਹ ਚਾਹੇ ਬ੍ਰਹਮ ਗਿਆਨੀ ਹੋ ਜੇ ਤਾਂ ਜੀ। ਤੇ ਫਿਰ ਬਾਬਾ ਜੀ ਜੇ ਮੰਨ ਲਓ ਵੀ ਅਹੰਭਾਵ ਵੀ ਨਹੀਂ ਹੈਗਾ, ਉਹ ਇੱਕ ਪ੍ਰੇਮ ਭਾਵਨਾ ਬੜੀ ਫਿਰ ਪ੍ਰਵਾਨ, ਮਤਲਬ ਇੱਕ ਉਸਤਤੀ ਕੀਤੀ ਹੋਈ ਗੁਰੂ ਸਾਹਿਬ ਦੀ, ਉਸਤਤ ਸਾਰੀ ਉਹ ਪ੍ਰਵਾਨ ਆ ਬਾਬੇ, ਠੀਕ ਹੈ ਜੀ। ਬਸ ਇੱਕ ਚੀਜ਼ ਆ ਵੀ ਬਾਣੀ ਦੇ ਤੁੱਲ ਨਹੀਂ ਕਿਸੇ ਨੂੰ,